ਫਿਰੋਜ਼ਪੁਰ ਦੇ ਵਿੱਚ ਲਗਾਤਾਰ ਹਲਵਾਈਆਂ ਦੀਆਂ ਦੁਕਾਨਾਂ, ਰੈਸਟੋਰੈਂਟ, ਢਾਬਿਆਂ 'ਤੇ ਸਿਹਤ ਵਿਭਾਗ ਦੀ ਟੀਮ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਤਾਂ ਤਾਜ਼ਾ ਤਸਵੀਰਾਂ ਵੀ ਫਿਰੋਜ਼ਪੁਰ ਤੋਂ ਹੀ ਨਿਕਲ ਕੇ ਸਾਹਮਣੇ ਆਈਆਂ ਨੇ। ਇੱਕ ਢਾਬੇ 'ਤੇ ਸਿਹਤ ਵਿਭਾਗ ਦੀ ਟੀਮ ਵੱਲੋਂ ਛਾਪਾ ਮਾਰਿਆ ਗਿਆ ਔਰ ਮੌਕੇ 'ਤੇ ਹੀ ਚਲਾਨ ਕੱਢ ਦਿੱਤਾ ਗਿਆ। ਇੱਥੇ ਸਮੋਸੇ ਬਣਾਏ ਜਾ ਰਹੇ ਸੀ ਪਰ ਗੰਦਗੀ ਨੂੰ ਦੇਖਦੇ ਹੋਏ ਸਿਹਤ ਵਿਭਾਗ ਦੀ ਟੀਮ ਨੇ ਮੌਕੇ 'ਤੇ ਹੀ ਚਲਾਨ ਕੱਢ ਦਿੱਤਾ। ਤਸਵੀਰਾਂ ਵੀ ਤੁਹਾਡੇ ਨਾਲ ਅਸੀਂ ਸਕਰੀਨ ਦੇ ਉੱਪਰ ਸਾਂਝੀਆਂ ਕਰ ਰਹੇ ਹਾਂ। ਜੋ ਜਾਣਕਾਰੀ ਸਾਹਮਣੇ ਆਈ ਕਿ 5 ਰੁਪਏ ਦਾ ਸਮੋਸਾ ਸੀ ਪਰ ਇਸ ਸਮੋਸੇ ਨੂੰ ਤਿਆਰ ਕਰਨ ਦੇ ਲਈ ਗਲੇ ਸੜੇ ਆਲੂਆਂ ਦੇ ਨਾਲ ਉਸਨੂੰ ਤਿਆਰ ਕੀਤਾ ਜਾ ਰਿਹਾ ਸੀ, ਜਿਸ ਦੇ ਚੱਲਦੇ ਹੋਏ ਵੱਡਾ ਐਕਸ਼ਨ ਸਿਹਤ ਵਿਭਾਗ ਦੀ ਟੀਮ ਨੇ ਲਿਆ ਔਰ ਵੱਡਾ ਐਕਸ਼ਨ ਕਰਦੇ ਹੋਏ ਮੌਕੇ 'ਤੇ ਹੀ ਚਲਾਨ ਕੱਢ ਦਿੱਤਾ। ਔਰ ਤਸਵੀਰਾਂ ਵੀ ਤੁਸੀਂ ਸਕਰੀਨ ਦੇ ਉੱਪਰ ਦੇਖ ਸਕਦੇ ਹੋ। ਫਿਰੋਜ਼ਪੁਰ ਦੇ ਵਿੱਚ ਲਗਾਤਾਰ ਸਿਹਤ ਵਿਭਾਗ ਦੀ ਟੀਮ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ, ਢਾਬਿਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ, ਰੈਸਟੋਰੈਂਟ ਦੀ ਚੈਕਿੰਗ ਕੀਤੀ ਜਾ ਰਹੀ ਹੈ ਕਿ ਕਿਤੇ ਕੋਈ ਗੰਦਾ ਖਾਣਾ ਤਾਂ ਨਹੀਂ ਲੋਕਾਂ ਨੂੰ ਪਰੋਸਿਆ ਜਾ ਰਿਹਾ। ਪਰ ਇਸੇ ਦੇ ਚੱਲਦੇ ਹੋਏ ਸਿਹਤ ਵਿਭਾਗ ਦੀ ਟੀਮ ਨੇ ਇੱਕ ਢਾਬੇ 'ਤੇ ਰੇਡ ਮਾਰੀ, ਛਾਪਾ ਮਾਰਿਆ ਔਰ ਇਸੇ ਦਰਮਿਆਨ ਹੀ ਜਿਹੜੇ ਸਮੋਸੇ ਤਿਆਰ ਕੀਤੇ ਜਾ ਰਹੇ ਸੀ ਉਹ ਗਲੇ ਸੜੇ ਆਲੂਆਂ ਦੇ ਨਾਲ ਤਿਆਰ ਕੀਤੇ ਜਾ ਰਹੇ ਸੀ, ਜਿਸ ਨੂੰ ਦੇਖਦੇ ਹੋਏ ਸਿਹਤ ਵਿਭਾਗ ਦੀ ਟੀਮ ਵੱਲੋਂ ਮੌਕੇ 'ਤੇ ਹੀ ਚਲਾਨ ਕੱਢ ਦਿੱਤਾ ਗਿਆ। ਔਰ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ, ਜਿਹੜੀਆਂ ਤਸਵੀਰਾਂ ਦੇ ਵਿੱਚ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ, ਇੱਕ ਪਾਸੇ ਤਾਂ ਤਸਵੀਰ ਤੁਹਾਨੂੰ ਨਜ਼ਰ ਆ ਰਹੀ ਹੋਈ ਹੈ, ਕੜਾਹੀ ਦੇ ਵਿੱਚ ਸਮੋਸੇ ਗਰਮ ਗਰਮ ਨਿਕਲਦੇ ਹੋਏ ਨਜ਼ਰ ਆ ਰਹੇ ਹੋਣਗੇ ਔਰ ਦੂਜੇ ਪਾਸੇ ਉਹੀ ਗਲੇ ਸੜੇ ਆਲੂ ਨੇ ਜਿਨ੍ਹਾਂ ਦੇ ਨਾਲ ਇਹਨਾਂ ਸਮੋਸਿਆਂ ਨੂੰ ਤਿਆਰ ਕੀਤਾ ਗਿਆ ਔਰ ਉਹਨਾਂ ਸਮੋਸਿਆਂ ਨੂੰ ਲੋਕਾਂ ਦੇ ਅੱਗੇ ਪਰੋਸਿਆ ਜਾ ਰਿਹਾ ਸੀ। ਔਰ ਇਸੇ ਨੂੰ ਠੱਲ ਪਾਉਣ ਦੇ ਲਈ ਸਿਹਤ ਵਿਭਾਗ ਦੀ ਟੀਮ ਨੇ ਛਾਪਾ ਮਾਰਿਆ ਔਰ ਮੌਕੇ 'ਤੇ ਚਲਾਨ ਕੱਟ ਕੇ ਇਸ ਢਾਬੇ ਦੇ ਮਾਲਕ ਨੂੰ ਵਾਰਨਿੰਗ ਵੀ ਦਿੱਤੀ ਗਈ ਹੈ। ਔਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ, ਫਿਰੋਜ਼ਪੁਰ ਦੇ ਵਿੱਚ ਇੱਕ ਢਾਬੇ 'ਤੇ ਸਿਹਤ ਵਿਭਾਗ ਦੀ ਟੀਮ ਨੇ ਛਾਪਾ ਮਾਰਿਆ ਔਰ ਜਿਸ ਦੇ ਚੱਲਦੇ ਹੋਏ ਮੌਕੇ 'ਤੇ ਹੀ ਜੋ ਉੱਥੇ ਸਮਾਨ ਜਿਸ ਸਮਾਨ ਦੇ ਨਾਲ ਸਮੋਸੇ ਤਿਆਰ ਕੀਤੇ ਜਾ ਰਹੇ ਸੀ, ਅਧਿਕਾਰੀ ਦਾ ਕਹਿਣਾ ਹੈ, ਸਿਹਤ ਵਿਭਾਗ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਬੜੇ ਅਨਹਾਈਜੀਨਿਕ ਤਰੀਕੇ ਦੇ ਨਾਲ ਸਮੋਸਿਆਂ ਨੂੰ ਤਿਆਰ ਕੀਤਾ ਜਾ ਰਿਹਾ ਸੀ ਔਰ ਜਿਹੜਾ ਸਮਾਨ ਸਮੋਸਿਆਂ ਦੇ ਵਿੱਚ ਪਾਇਆ ਜਾ ਰਿਹਾ ਸੀ ਉਹਨਾਂ ਨੂੰ ਉੱਲੀ ਲੱਗੀ ਹੋਈ ਸੀ, ਜਿਸ ਦੇ ਚੱਲਦੇ ਵੱਡਾ ਐਕਸ਼ਨ ਲਿਆ ਗਿਆ, ਮੌਕੇ 'ਤੇ ਚਲਾਨ ਕੱਢ ਦਿੱਤਾ ਗਿਆ। ਸਰ ਇਹ ਹੈ ਵੀ ਅੱਜ ਸ਼ਹਿਰ ਦੇ ਵੱਖ ਵੱਖ ਹੋਟਲਾਂ 'ਤੇ, ਰੈਸਟੋਰੈਂਟਾਂ 'ਤੇ, ਢਾਬਿਆਂ 'ਤੇ ਜਿਹੜੇ ਫਾਸਟ ਫੂਡ ਵਾਲੇ ਆ ਉਹਨਾਂ 'ਤੇ ਚੈਕਿੰਗ ਕੀਤੀ ਗਈ ਹੈ ਔਰ DC ਸਾਹਿਬ, ਸਿਵਲ ਸਰਜਨ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਚੈਕਿੰਗ ਕੀਤੀ ਗਈ ਹੈਗੀ ਹੈ ਔਰ ਜਿਹਦੇ ਵਿੱਚ ਜਿਹੜੇ ਵਾਟਰ ਬੋਨ ਡਿਸੀਜ਼ ਜਾਂ ਟਾਈਫਾਇਡ ਕਹਿ ਰਿਹਾ ਸੈੱਲ ਘੱਟਦੇ ਪਏ ਨੇ ਔਰ ਹੋਰ ਵੀ ਬੜੀਆਂ ਮਿਸਲੇਨੀਅਸ ਬਿਮਾਰੀਆਂ ਹੈਗੀਆਂ ਜਿਹੜਾ ਕਿ ਵਾਟਰ ਬੋਨ ਡਿਸੀਜ਼ ਕਰਕੇ ਹੋ ਰਹੀਆਂ, ਸੋ ਇਸ ਕਰਕੇ ਅਸੀਂ ਉਹਨਾਂ ਨੂੰ ਅੱਜ ਚੈੱਕ ਕਰ ਰਹੇ ਹੈਗੇ ਹਾਂ ਔਰ ਜਿਹੜੀ ਬੰਦੀ ਕਾਰਵਾਈ ਕੀਤੀ ਜਾ ਰਹੀ ਹੈ। ਚੈਕਿੰਗ ਦੌਰਾਨ ਕਾਫੀ ਅਨਹਜਨਿਕ ਸਮਾਨ ਸੀਗਾ, ਸਮੋਸੇ ਵਗੈਰਾ ਜਿਹੜੇ ਬਣਾ ਰਹੇ ਨੇ ਉੱਥੇ ਆਲੂਆਂ ਅਤੇ ਉੱਲੀ ਵਗੈਰਾ ਲੱਗੇ ਹੋਏ ਸੀ।